ਨਾਭਾ ਵਿਖੇ ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਤੇ ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰ ਕਲੱਬ ਦੇ ਵੱਲੋਂ ਪ੍ਰਸਿੱਧ ਪੰਜਾਬੀ ਕਵਿਤਰੀ ਦੇ ਜੀਵਨ ਤੇ ਆਧਾਰਿਤ ਇੱਕ ਪਾਤਰੀ ਨਾਟਕ ਰਾਹਾਂ ਦੇ ਵਿੱਚ ਅੰਗਿਆਰ ਬੜੀ ਸੀ ਕਰਵਾਇਆ ਗਿਆ। ਇਹ ਨਾਟਕ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦੇ ਲਈ ਇੱਕ ਵਿਸ਼ੇਸ਼ ਉਪਰਾਲਾ ਹੈ ਅਤੇ ਇਸ ਸਮਾਗਮ ਦੇ ਵਿੱਚ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਕਿਹਾ ਕਿ ਇਹ ਨਾਟਕ ਨੌਜਵਾਨ ਪੀੜ੍ਹੀ ਦੇ ਲਈ ਪ੍ਰੇਰਣਾ ਸਰੋਤ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਸਾਹਿਤ ਤੋਂ ਬਿਲਕੁਲ ਦੂਰ ਹੋ ਚੁੱਕੀ ਹੈ ਅਤੇ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਦੇ ਵਿੱਚ ਬਰਬਾਦ ਕਰ ਦਿੰਦੀ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਹਿਤ ਨਾਲ ਜੁੜਨ। ਉੱਥੇ ਹੀ ਦੂਜੇ ਪਾਸੇ ਇਸ ਮੌਕੇ ਤੇ ਪੰਜਾਬੀ ਲੇਖਕ ਸਾਹਿਤ ਅਕਾਦਮੀ ਦੇ ਪ੍ਰਧਾਨ ਦਰਸ਼ਨ ਗੁੱਟਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਰਿੰਦਰ ਪਾਲ ਸ਼ਰਮਾ ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਸੰਦੀਪ ਨਾਗਰ ਨੇ ਕਿਹਾ ਕਿ ਇਹ ਜੋ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਇਹ ਉਪਰਾਲੇ ਹੋਣੇ ਬਹੁਤ ਜ਼ਰੂਰੀ ਨੇ ਅਤੇ ਇਹ ਨਾਟਕ ਖੇਡਿਆ ਗਿਆ। ਇਹ ਨਾਟਕ ਹੋਰਨਾਂ ਸ਼ਹਿਰਾਂ ਵਿੱਚ ਵੀ ਖੇਡਿਆ ਜਾਵੇਗਾ ਅਤੇ ਉਹਨਾਂ ਦੇ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੁੜਨ ਦੀ ਅਪੀਲ ਕੀਤੀ ਹੈ। ਬਹੁਤ ਵੱਡਾ ਉਪਰਾਲਾ ਕੀਤਾ, ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਨੂੰ ਐਜ ਏ ਚੀਫ ਗੈਸਟ ਇੱਥੇ ਬੁਲਾਇਆ। ਕਲਾ ਦੇ ਵਿੱਚ ਵਿਚਰਨਾ ਬੜਾ ਜ਼ਰੂਰੀ ਹੈ ਜੀ, ਔਰ ਕਲਾ ਜਿਹੜੀ ਹੈ ਜਿੱਥੇ ਸੱਭਿਆਚਾਰ ਨੂੰ ਮਜ਼ਬੂਤ ਕਰਦੀ ਆ, ਪੰਜਾਬੀ ਜ਼ਬਾਨ ਨੂੰ ਮਜ਼ਬੂਤ ਕਰਦੀ ਆ, ਸੂਖਮਤਾ ਦੇ ਸਾਨੂੰ ਨੇੜੇ ਲੈ ਕੇ ਜਾਂਦੀ ਆ। ਔਰ ਸੁਰਪਿੰਦਰ ਅੰਮ੍ਰਿਤ ਜੀ ਵਰਗੇ ਜਿਹੜੇ ਰਾਈਟਰ ਨੇ, ਲਿਖਣ ਵਾਲੇ ਨੇ, ਅਤੇ ਉਹਨਾਂ ਦਾ ਨਾਭੇ ਦੇ ਵਿੱਚ ਆਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ। ਮੈਂ ਉਹਨਾਂ ਨੂੰ ਜੀਆਂ ਕਹਿਣਾ, ਉਹਦਾ ਬਹੁਤ ਬਹੁਤ ਧੰਨਵਾਦ ਹੈ। ਕੀ ਗੱਲ, ਕਿਸ ਤਰ੍ਹਾਂ ਸੋਚਦੇ ਨੌਜਵਾਨ ਪੀੜ੍ਹੀ ਇਸ ਤੋਂ ਪਰਾਂ ਹੁੰਦੀ ਜਾ ਰਹੀ ਹੈ ਸਾਹਿਤ 'ਤੇ? ਨੌਜਵਾਨ ਪੀੜ੍ਹੀ ਬੇਸਿਕਲੀ ਐਕਚੁਲੀ ਇੰਟਰਨੈਟ ਨਾਲ ਜੁੜ ਗਈ ਹੈ ਜੀ, ਉਹ ਕਿਤਾਬ ਨਹੀਂ ਪੜ੍ਹਦੇ, ਉਹ ਥੀਏਟਰ ਜਿਹੜਾ ਜੀ, ਡਰਾਮਾ ਆਪਾਂ ਜਿਹਨੂੰ ਕਹਿੰਦੇ ਹਾਂ, ਉਹ ਨਹੀਂ ਦੇਖਦੇ, ਫਿਲਮਾਂ ਵੀ ਬਹੁਤ ਘੱਟ ਦੇਖਦੇ ਆ, ਹੁਣ ਵਟਸਐਪ ਫੇਸਬੁੱਕ 'ਤੇ ਜ਼ਿਆਦਾ ਬਿਜ਼ੀ ਹੋ ਗਏ। ਕਿਤੇ ਨਾ ਕਿਤੇ ਜ਼ਰੂਰਤ ਆ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਨੇ ਪ੍ਰੋਗਰਾਮ ਕਰਾਉਣ ਦੇ, ਜਿਵੇਂ ਨਾਗਰ ਸਾਹਿਬ ਹੋਰਾਂ ਨੇ ਉਪਰਾਲਾ ਕੀਤਾ, ਬੁੱਟ ਸਾਹਿਬ ਹੋਰਾਂ ਨੇ, ਤਾਂ ਇਹ ਵੱਡੀ ਗੱਲ ਹੈ ਜੀ ਕਿ ਜਿਹੜੇ ਬੱਚੇ ਇੱਥੇ ਪੜ੍ਹ ਰਹੇ ਨੇ, ਮੈਂ ਦੇਖਿਆ ਵੱਡੀ ਗਿਣਤੀ 'ਚ ਬੱਚੀਆਂ ਬੈਠੀਆਂ ਨੇ, ਅਤੇ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਇਹ ਕਿ ਉਹਨਾਂ ਨੂੰ ਇਸ ਉਮਰ 'ਚ ਜਦੋਂ ਉਹਨਾਂ ਨੂੰ ਵੀ ਸਿੱਖਣ ਦੀ ਤਾਂਘ ਹੈ ਕਿ ਉਹਨਾਂ ਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲ ਗਈਆਂ। ਜਦੋਂ ਜਦੋਂ ਸਟੇਜ ਦੇ ਉੱਪਰ ਉਹ ਜਿਹੜਾ ਪਲੇ ਖੇਡਣਗੇ, ਉਹਦੇ ਵਿੱਚੋਂ ਬਹੁਤ ਮੈਸੇਜਸ ਨੇ, ਔਰਤ ਦੀ ਕਹਾਣੀ ਹੈ, ਕਿਵੇਂ ਔਰਤ ਸੰਘਰਸ਼ ਦੇ ਵਿੱਚੋਂ ਨਿਕਲਦੀ ਹੈ ਅਤੇ ਕਿਵੇਂ ਉਹਨੂੰ ਸਾਰਾ ਕੁਝ ਫੇਸ ਕਰਨਾ ਪੈਂਦਾ, ਫਿਰ ਕਿਵੇਂ ਆਪਣੀ ਮੰਜ਼ਿਲ ਤੱਕ ਉਹ ਪਹੁੰਚਦੀ ਹੈ। ਬੜਾ ਸੁਨੇਹੇ ਵਾਲੀਆਂ ਗੱਲਾਂ ਨੇ ਜੀ, ਔਰ ਮੈਂ ਨੌਜਵਾਨ ਪੀੜ੍ਹੀ ਨੂੰ, ਬੱਚੇ ਬੱਚਿਆਂ ਨੂੰ ਬੇਨਤੀ ਜ਼ਰੂਰ ਕਰਦਾ ਕਿ ਜ਼ਰੂਰ ਕਲਾ ਨਾਲ ਜੁੜੋ। ਤੁਸੀਂ ਚਾਹੇ ਸਿੰਗਰ ਬਣੋ, ਐਕਟਰ ਬਣੋ, ਰਾਈਟਰ ਬਣੋ, ਕਲਾ ਦਾ ਕੋਈ ਵੀ ਫਿਲਮ ਇੰਡਸਟਰੀ ਦੇ ਵਿੱਚ ਜਾਓ, ਕਿਤੇ ਨਾ ਕਿਤੇ ਜ਼ਰੂਰ ਤੁਹਾਡਾ ਇੰਟਰਸਟ ਜਿਹੜਾ ਉਹਦੇ ਪ੍ਰਤੀ ਤੁਹਾਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਔਰ ਪੰਜਾਬ ਨੂੰ ਅੱਜ ਪੰਜਾਬੀ ਫਿਲਮ ਇੰਡਸਟਰੀ ਨੂੰ, ਪੰਜਾਬੀ ਜ਼ੁਬਾਨ ਨੂੰ ਸੁਹਿਰਦ ਔਰ ਸਿਆਣੇ ਲੋਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬਹੁਤ ਅੱਛੇ, ਮੈਂ ਦਰਸ਼ਨ ਬੁੱਟਰ, ਪ੍ਰਧਾਨ ਭਾਈ ਕਾਨ ਸਿੰਘ ਨਾਭਾ ਰਚਨਾ ਪ੍ਰਚਾਰ ਮੰਚ, ਪ੍ਰਧਾਨ ਕੇਂਦਰੀ ਪੰਜਾਬੀ ਲੇਖ ਸਭਾ। ਨਾਭੇ ਦੀ ਜਿਹੜੀ ਧਰਤੀ, ਭਾਈ ਕਾਨ ਸਿੰਘ ਨਾਭਾ ਦੀ ਧਰਤੀ, ਨਾਭੇ ਦੇ ਧਰਮੀ ਰਾਜਿਆਂ ਦੀ ਧਰਤੀ ਤੋਂ ਬੋਲ ਰਹੇ ਹਾਂ। ਅੱਜ ਅਸੀਂ ਇੱਥੇ ਅੱਜ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਦੇ ਉੱਪਰ ਜੋ ਨਾਟਕ ਬਣਿਆ, ਰਾਹਾਂ ਵਿੱਚ ਅੰਗਿਆਰ ਬੜੇ ਸੀ, ਰਾਜਵਿੰਦਰ ਸਮਰਾਲਾ ਨੇ ਲਿਖਿਆ ਅਤੇ ਕਮਲ ਨੇ ਇਹਨੂੰ ਖੇਡਿਆ, ਅਤੇ ਉਹ ਦਿਖਾਉਣ ਜਾ ਰਿਹਾ ਨਾਭਾ ਨਿਵਾਸੀਆਂ ਨੂੰ, ਕਿਉਂਕਿ ਇਹਦੇ ਵਿੱਚ ਇੱਕ ਔਰਤ ਪਾਤਰ, ਇੱਕ ਔਰਤ ਪ੍ਰਤੀ ਜੋ ਸੰਵੇਦਨਾ ਹੈ ਉਹਨੂੰ ਲੈ ਕੇ ਬੜੀ ਕਮਾਲ ਦਾ, ਵੀ ਔਰਤ ਨੂੰ ਸਾਡੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ, ਉਹਨੂੰ ਲੈ ਕੇ ਨਾਟਕ ਸਾਰੇ ਸ਼ਹਿਰਾਂ 'ਚ ਖੇਡਿਆ ਜਾ ਰਿਹਾ ਹੈ। ਅਤੇ ਅਸੀਂ ਵੀ ਨਾਭੇ ਦੀ ਧਰਤੀ 'ਤੇ ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ, ਭਾਈ ਕਾਨ ਸਿੰਘ ਨਾਭਾ ਜ਼ਿਲ੍ਹਾ ਲਾਇਬ੍ਰੇਰੀ ਵੱਲੋਂ, ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਵੱਲੋਂ ਅਤੇ ਨਵਕਿਰਨ ਪੰਜਾਬੀ ਸਹਿਤ ਸਭਾ ਵੱਲੋਂ ਅਸੀਂ ਨਾਟਕ ਨਾਭਾ ਨਿਵਾਸੀਆਂ ਨੂੰ ਦੇਖ ਦਿਖਾ ਰਹੇ ਹਾਂ।
ਦੇਖੋ ਜੀ, ਜਿਹੜਾ ਪਿਛਲਾ ਸਮਾਂ ਸਾਡਾ ਗੁਜ਼ਰਿਆ, ਜੋ ਨਸ਼ਿਆਂ ਦਾ ਸਾਡੇ ਦੌਰ ਇੱਕ ਬਹੁਤ ਕਾਲਾ ਦੌਰ ਆਇਆ, ਉਹਦੇ 'ਚ ਕਿਸੇ ਨਾ ਕਿਤੇ ਸਾਡੀ ਕਮੀ ਜ਼ਰੂਰ ਰਹੀ ਆ। ਅਸੀਂ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਜਿਹੜੀ ਵਧੀਆ ਸੋਚ ਨਹੀਂ ਦੇ ਸਕੇ, ਔਰ ਜਿਹੜਾ ਵਧੀਆ ਨਾ ਉਹਨਾਂ ਨੂੰ ਕੋਈ ਕਲਚਰ ਦੇ ਸਕੇ ਆ, ਔਰ ਨਾ ਹੀ ਵਧੀਆ ਕੋਈ ਸਾਹਿਤਕ ਇਹੋ ਜਿਹਾ ਪ੍ਰੋਗਰਾਮ ਦੇ ਸਕੇ ਹਾਂ ਕਿ ਜਿਹਦੇ ਨਾਲ ਨਵੀਂ ਪੀੜ੍ਹੀ ਨੂੰ ਸੇਧ ਮਿਲੇ, ਬੜੇ ਲੱਚਰ ਗਾਣੇ ਹੋਰ ਤਰੀਕੇ ਦੇ ਜਿਹਨੇ ਸਾਡੀ ਜਿਹੜੀ ਆ ਉਹਦੀ ਦਿਸ਼ਾ ਹੀ ਬਦਲ ਦਿੱਤੀ ਨੌਜਵਾਨ ਪੀੜ੍ਹੀ ਦੀ। ਔਰ ਅੱਜ ਦੁਬਾਰਾ ਮੈਂ ਕਹਿੰਦਾ ਵੀ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹ ਜਿਹੜਾ ਖਾਸ ਕਰ ਮਾਲਵੇ ਦੀ ਇੱਕ ਉਹ ਆ ਪਹਿਚਾਣ ਆ, ਇਹ ਜਦੋਂ ਵੀ ਭੀੜ ਆਉਂਦੀ ਆ ਉਹ ਤੋਂ ਬਾਅਦ ਪੰਜਾਬ ਜੇ ਗਿਰ ਵੀ ਜਾਂਦਾ ਪੰਜਾਬ ਖੜ੍ਹਾ ਹੋਣਾ ਵੀ ਜਾਣਦਾ। ਅੱਜ ਪੰਜਾਬ ਦੁਬਾਰਾ ਖੜ੍ਹਾ ਹੋ ਰਿਹਾ ਹਰ ਖੇਤਰ 'ਚ, ਚਾਹੇ ਖੇਤੀ ਦੇ ਖੇਤਰ 'ਚ, ਚਾਹੇ ਸਾਡੇ ਬਿਜਲੀ ਦੇ ਖੇਤਰ 'ਚ, ਹਰ ਚਾਹੇ ਕਲਾ ਦੇ ਖੇਤਰ 'ਚ, ਜਿਹਦਾ ਬਹੁਤ ਵੱਡਾ ਰੋਲ ਆ। ਜਿਹੜੀ ਕਲਾ ਨਾ ਬਹੁਤ ਵਧੀਆ ਪ੍ਰਭਾਵ ਪਾਉਂਦੀ ਆ, ਖਾਸ ਕਰ ਜਿਹੜੇ ਇਹੋ ਜਿਹੇ ਨਾਟਕ ਨੇ, ਜਿਹੜੇ ਹਾਂ ਪੱਖੀ ਨੇ, ਜਿਹੜੇ ਕੋਈ ਜ਼ਿੰਦਗੀ ਦੀਆਂ ਲੋਕਾਂ ਦੀ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਂਦੇ ਨੇ, ਤਾਂ ਉਹਨਾਂ 'ਚ ਬਹੁਤ ਵੱਡਾ ਰੋਲ ਹੋਊਗਾ ਜੀ। ਮੈਂ ਕਹਿੰਦਾ ਜਿਹੜਾ ਇਹ ਇੱਕ ਮੀਲ ਪੱਥਰ ਬਣੂੰਗਾ, ਅੱਜ ਨਾਭੇ ਦੀ ਧਰਤੀ ਤੋਂ ਇਹੋ ਜਿਹੇ ਨਾਟਕ ਵਧੀਆ ਖੇਡ ਰਹੇ ਹਾਂ, ਅਤੇ ਉਹ ਲੋਕਾਂ 'ਚ ਇੱਕ ਖਾਸ ਕਰ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਬਹੁਤ ਵੱਡਾ ਅਤੇ ਵਧੀਆ ਸੰਦੇਸ਼ ਜਾਊਗਾ ਜੀ। ਥੈਂਕ ਯੂ। ਜਿਹੜਾ ਅੱਜ ਦਾ ਅਸੀਂ ਸੁਖਵਿੰਦਰ ਅਮਰਤ ਦਾ ਨਾਟਕ ਹੈ, ਇੱਕ ਪਾਤਰੀ ਨਾਟਕ ਹੈ ਜੋ ਕਿ ਔਰਤ ਦੀਆਂ ਵੱਖ ਵੱਖ ਸਟੇਜਾਂ ਦਾ ਜਿਸ ਵਿੱਚ ਵਰਣਨ ਹੈ। ਅਸੀਂ ਸਾਡੇ ਆਪਣੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਕਲਾ ਦੇ ਨਾਲ ਜੋੜਨ ਲਈ ਇਹ ਇੱਕ ਉਪਰਾਲਾ ਕੀਤਾ ਗਿਆ, ਜਿਸ ਵਿੱਚ ਰਚਨਾ ਵਿਚਾਰ ਮੰਚ, ਸੋਸ਼ਲ ਨਾਭਾ ਸੋਸ਼ਲ ਵੈਲਫੇਅਰ ਸੁਸਾਇਟੀ ਔਰ ਨਵ ਕਿਰਨ ਸਾਹਿਤ ਸਭਾ ਨਾਭਾ ਦਾ ਵਿਸ਼ੇਸ਼ ਸਹਿਯੋਗ ਹੈ। ਇਹ ਅਕਸ਼ਰੰਗ ਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੇ ਨਿਰਦੇਸ਼ਨਾਂ ਵਿੱਚ ਕੀਤਾ ਜਾਣਾ। ਸੁਖਵਿੰਦਰ ਅੰਮ੍ਰਿਤ ਇੱਕ ਬਹੁਤ ਵੱਡੇ ਨਾਟਕਕਾਰ ਨੇ, ਉਹਨਾਂ ਨੇ ਰਾਹਾਂ ਵਿੱਚ ਅੰਗਿਆਰ ਬੜੇ ਸੀ ਜੋ ਨਾਟਕ ਹੈ, ਇਹ ਵਿਸ਼ਵ ਪ੍ਰਸਿੱਧ ਨਾਟਕ ਹੈ ਜੋ ਕਿ ਹੁਣ ਵਿਦਿਆਰਥੀ ਦੇਖਣਗੇ, ਤੁਸੀਂ ਵੀ ਦੇਖੋਗੇ। ਤਾਂ ਇੱਕ ਜੋ ਮੈਂ ਪਹਿਲਾਂ ਵੀ ਕਿਹਾ ਕਿ ਔਰਤ ਦੀਆਂ ਵੱਖ ਵੱਖ ਸਟੇਜਾਂ ਦਾ ਵਰਣਨ ਹੈ, ਜਿਸ ਨਾਲ ਸਾਡੀਆਂ ਬੱਚੀਆਂ ਨੂੰ ਵੀ ਉਹਨਾਂ ਨੂੰ ਕਲਾ ਦਾ ਜੁੜਨ ਔਰ ਉਹਨਾਂ ਨੂੰ ਇੱਕ ਨਵੀਂ ਸੂਝਬੂਝ ਵੀ ਮਿਲੇਗੀ। ਇਸ ਲਈ ਇਹ ਸਾਰੀਆਂ ਸੰਸਥਾਵਾਂ ਜੋ ਕਿ ਸਾਡਾ ਅੱਜ ਸਹਿਯੋਗ ਕਰ ਰਹੀਆਂ, ਸਾਡੇ ਮਾਣਯੋਗ MLA ਸਾਹਿਬ ਔਰ ਮਹਿਮਾਨਾਂ ਦਾ ਵੀ ਮੈਂ ਧੰਨਵਾਦ ਕਰਦਾ। ਇਹ ਚੈਨਲ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।